ਬਰਦਾਸ਼ਤ ਕੀਤੀ ਪਾਤਸ਼ਾਹ ਦਾ ਬੋਲੀ ਨਾ ਉਹ ਜਿਨ੍ਹਾਂ ਦੇ ਮਸਤਕ ਨੂੰ ਲੱਗ ਕੇ ਦਰਸ਼ਨ ਹੁੰਦੇ ਹਨ ਉਹਨਾਂ ਦੇ ਦੁੱਖਾਂ ਦੇ ਨਾਸ ਹੋ ਜਾਂਦੇ ਹਨ ਜੋੜਾ ਜਿਨ੍ਹਾਂ ਦੇ ਲੱਗਦਾ ਹੈ ਉਹਨਾਂ ਦੇ ਪਿਆਰੇ ਉਹ ਕੱਲ ਨੂੰ ਪਿੱਪਲ ਤੇ ਸੰਪੂਰਨ ਦੁਆ ਪੈਰਾਂ ਦੇ ਜੋੜੇ ਦੇ ਦਰਸ਼ਨ ਕਰਾਏ ਜਾਣਗੇ ਮੇਲਾ ਕਈ ਦਿਨਾਂ ਤੋਂ ਚੱਲ ਰਿਹਾ ਹੈ 18-19-20 ਦਾ ਹੀ ਅੱਜ ਦੀਵਾਨ ਲੱਗੇ ਹਨ ਕੱਲ ਨੂੰ ਲਾਸਟ ਤਰੀਕ ਹੈ ਦਰਸ਼ਨ ਕਰੋ ਆਪਣੇ ਮਸਤਕ ਨੂੰ ਲਾ ਕੇ ਆਪਣੇ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰੋ ਪਰ ਇਹ ਬਿਨਾਂ ਕਿਰਪਾਨ ਤੋਂ ਦਰਸ਼ਨ ਨਹੀਂ ਹੁੰਦੇ ਬੜੇ ਚਿਰਾਂ ਤੋਂ ਇਹ ਜੋੜਾ ਆ ਰਿਹਾ ਹੈ ਆਪਣੇ ਇਲਾਕੇ ਦੇ ਵਿੱਚ ਤਕਰੀਬਨ ਕਈਆਂ ਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਇੱਥੇ ਇੱਕ ਪੈਰ ਦਾ ਜੋੜਾ ਪਿਆ ਹੈ ਗੁਰੂ ਦੇ ਪਿਆਰਿਓ ਆਪਣੇ ਇਲਾਕੇ ਵਿੱਚ ਮਾਲਕ ਦੀ ਕਿਰਪਾ ਵਰਤੇਗੀ ਜਿਹਨੇ ਵੀ ਕਰਮਾਂ ਵਾਲੇ ਨੇ ਪਰ ਕਰਮਾਂ ਤੋਂ ਬਿਨਾਂ ਕਿਸੇ ਕੋਈ ਜਾਇਆ ਵੀ ਨਹੀਂ ਜਾਣਾ ਕਈਆਂ ਨੇ ਆਖਣਾ ਤਾਂ ਮੈਨੂੰ ਕੰਮ ਪੈ ਗਿਆ ਹੈ ਸਾਡੇ ਕੋਲ ਟਾਈਮ ਨਹੀਂ ਜਾਂ ਕੁਛ ਵੀ ਹੋਵੇ ਬਿਨਾਂ ਕਰਮਾਂ ਤੋਂ ਦਰਸ਼ਨ ਨਹੀਂ ਹੋਣੇ ਅਸੀਂ ਵੀ ਜਿੰਨਾ ਕੁ ਉਪਰਾਲਾ ਕਰ ਸਕਦੇ ਹਾਂ ਉਹਨਾਂ ਕਰ ਸਕਦੇ ਹਾਂ